ਜਿੱਥੇ ਹੋਈ ਸੀ ਸ਼ਿਵ ਤੇ ਪਾਰਵਤੀ ਜੀ ਦਾ ਵਿਆਹ। ਉਹ ਉਧਰਲੇ ਪਾਸੇ ਜਿਹੜਾ ਉਹ ਸ਼ੈੱਡ ਬਣਿਆ ਉੱਥੇ ਸ਼ਿਲਾ ਗਈ ਜਿੱਥੇ ਕੰਨਿਆਦਾਨ ਹੋਇਆ ਅਤੇ ਮੰਦਿਰ ਦੇ ਅੰਦਰ ਫੇਰੇ ਹੋਏ ਸੀ। ਅੱਜ ਵੀ ਉਹੀ ਅਗਨੀ ਬਲ ਰਹੀ ਹੈਗੀ 3 ਸਦੀਆਂ ਤੋਂ। ਇੱਧਰਲੇ ਪਾਸੇ ਨਾ ਸ਼ਿਲਾ ਬਣੀ ਹੋਈ ਆ, ਉਹ ਸ਼ਿਲਾ ਦੇ ਕੋਲ ਕਿਹਾ ਜਾਂਦਾ ਕਿ ਮਾਤਾ ਪਾਰਵਤੀ ਜੀ ਦਾ ਜਿਹੜਾ ਕੰਨਿਆਦਾਨ ਕੀਤਾ। ਸਾਰੇ ਦੇਵੀ ਦੇਵਤਿਆਂ ਰਾਜਿਆਂ ਨੇ ਉਸ ਸਮੇਂ ਆ ਕੇ ਇਸ ਜਗ੍ਹਾ ਦੇ ਉੱਪਰ ਕੰਨਿਆਦਾਨ ਕੀਤਾ ਸੀ। ਸਾਰਾ ਲਿਬੜ ਗਿਆ ਬਈ, ਤੇਰਾ ਜੈਕਟ ਦਾ ਬਾਲਾ ਬੁਰਾ ਹਾਲ ਹੈ ਤੇਰੀ ਦਾ। ਇਹ ਮਾਹੌਲ ਆ ਸਾਡੇ ਹੋਟਲ ਦੇ ਕਮਰੇ ਦੇ ਬੈਕ ਸਾਈਡ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰ ਰਿਹਾ ਤੁਹਾਡਾ ਨਵੇਂ ਵਲੌਗ ਅਤੇ ਨਵੀਂ ਵੀਡੀਓ ਦੇ ਵਿੱਚ। ਕੱਲ੍ਹ ਆਪਾਂ ਦੇਖ ਕੇ ਆਏ ਸੀ ਜੀ ਭਾਰਤ ਦਾ ਸਭ ਤੋਂ ਜਿਹੜਾ ਬਣਿਆ ਹੋਇਆ, ਦੁਨੀਆ ਦੇ ਕਹਿੰਦੇ ਆ ਸਭ ਤੋਂ ਉੱਚਾ ਬਣਿਆ ਹੋਇਆ ਸ਼ਿਵਜੀ ਭਗਵਾਨ ਦਾ ਮੰਦਿਰ, ਅਤੇ ਇੱਕ ਜਿਹੜੀ ਜਗ੍ਹਾ ਦਿਖਾਈ ਸੀ ਆਪਾਂ ਉਸਨੂੰ ਚੌਪਟਾ, ਜਿਹਨੂੰ ਮਿੰਨੀ ਸਵਿਟਜ਼ਰਲੈਂਡ ਕਹਿ ਦਿੰਦੇ ਹੈਗੇ। ਅਤੇ ਅੱਜ ਆਪਾਂ ਚੱਲੇਂਗੇ ਤ੍ਰਿਯੁਗੀ ਨਾਰਾਇਣ ਟੈਂਪਲ ਦੇਖਣ, ਉਹ ਥਾਂ ਜਿੱਥੇ ਕਿਹਾ ਜਾਂਦਾ ਸ਼ਿਵ ਅਤੇ ਪਾਰਵਤੀ ਜੀ ਦਾ ਵਿਆਹ ਹੋਇਆ ਸੀਗਾ। ਅਤੇ ਉੱਥੇ ਅੱਜ ਵੀ ਉਵੇਂ ਉਸ ਸਮੇਂ ਜਿਵੇਂ ਜਿਹੜੇ ਫੇਰੇ ਲੈਂਦੇ ਹੁੰਦੇ ਆ ਹੈ ਨਾ, ਉਦੋਂ ਅੱਗ ਬਲਦੀ ਹੁੰਦੀ ਹੈਗੀ, ਉਹ ਸਾਰਾ ਕੁਛ ਅੱਜ ਵੀ ਤੂੰ ਨਾ ਉੱਥੇ ਬਲਦਾ ਹੈਗਾ, ਉਹ ਸਾਰਾ ਚੱਲ ਕੇ ਆਪਾਂ ਤੁਹਾਨੂੰ ਦਿਖਾਉਣਾ ਹੈਗਾ ਅਤੇ ਨਾਲ ਨਾਲ ਇਹ ਸਫ਼ਰ ਸਾਂਝਾ ਕਰਨਾ। ਕੱਲ੍ਹ ਆਪਾਂ ਰੁਕੇ ਸੀਗੇ ਉਸ਼ੀ ਮੱਠ ਨਾਮ ਦੀ ਜਗ੍ਹਾ, ਇਹ ਉਸ਼ੀ ਮੱਠ ਕੁੰਡ ਤੋਂ ਤਕਰੀਬਨ 5 ਕਿਲੋਮੀਟਰ ਪਹਿਲਾਂ ਪੈ ਜਾਂਦੀ। ਆਪਾਂ ਇੱਥੇ ਰੁਕੇ ਸੀਗੇ ਕਿਉਂਕਿ ਹਨੇਰਾ ਪੈ ਗਿਆ ਸੀਗਾ, ਫਿਰ ਉਹ ਬਾਹਲਾ ਹਨੇਰੇ ਵਿੱਚ ਸਫ਼ਰ ਕਰਨਾ ਚੰਗਾ ਨਹੀਂ, ਜਦੋਂ ਆਪਾਂ ਨੂੰ ਪਤਾ ਹੋਵੇ ਆਪਾਂ ਰੁਕਣਾ ਹੀ ਹੈ ਵੀ ਅੱਗੇ ਤਾਂ ਕਿਤੇ ਜਾਣਾ ਹੀ ਨੀਗਾ। ਉਹਦੇ ਕਰਕੇ ਕੱਲ੍ਹ ਆਪਾਂ ਇੱਥੇ ਰੁਕ ਗਏ, ਵਧੀਆ ਜਗ੍ਹਾ ਗੀ, ਹੋਟਲ ਵਧੀਆ ਗਾ ਇਹ ਜਿੱਥੇ ਆਪਾਂ ਰੁਕੇ ਸੀਗੇ, 1000 ਰੁਪਏ ਦੇ ਵਿੱਚ ਆਪਾਂ ਨੂੰ ਹੋਟਲ ਮਿਲ ਗਿਆ ਇਹ। ਹੁਣ ਅੱਗੇ ਚੱਲ ਕੇ ਦੇਖਦੇ ਹਾਂ ਕਿਉਂਕਿ ਅੱਗੇ ਆਪਾਂ ਕੇਦਾਰਨਾਥ ਦੇ ਬਿਲਕੁਲ ਕੋਲੇ ਪਹੁੰਚ ਜਾਂਗੇ। ਜਿੰਨੀਆਂ ਵੀਡੀਓ ਦੇਖੀਆਂ ਜਾਂ ਸੁਣਿਆ ਜੋ ਉਹਦੇ ਬਾਰੇ ਹੈ ਨਾ, ਉਹ ਤਾਂ ਇਹੀ ਸੁਣਿਆ ਵੀ ਉੱਧਰ ਨੂੰ ਹੋਟਲਾਂ ਵਗੈਰਾ ਦੇ ਰੇਟ ਬਹੁਤ ਜ਼ਿਆਦਾ ਚੱਕਵੇਂ ਆ। ਉਹ ਸਾਰਾ ਕੁਛ ਅੱਜ ਦੇਖਾਂਗੇ ਵੀ ਕੀ ਰੇਟ ਬਹਿੰਦਾ ਉੱਥੇ, ਕਿਵੇਂ ਨਾ ਕਿਵੇਂ ਕੀ ਗੱਲਬਾਤ ਆ ਹੈ ਨਾ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰਾਂ ਤੱਕ ਵੀਡੀਓ ਪਹੁੰਚ ਜੇ, ਅਤੇ ਬਾਕੀ ਵੀ ਆਪਣੀ ਵੀਡੀਓ ਦੇਖ ਲਿਆ ਕਰਨ ਅਤੇ ਆਪਣੇ ਨਾਲ ਜੁੜਨ, ਆਪਣੇ ਇਸ ਸਫ਼ਰ ਦੇ ਨਾਲ ਜੁੜਨ। ਉੱਤਰਾਖੰਡ ਦਾ ਸਫ਼ਰ ਹੈ ਇਹ, ਅੱਜ ਦਿਨ ਤਾਂ ਇਸ ਕਿ ਆਪਾਂ ਗਿਣੇ ਨਹੀਂ ਕਿਉਂਕਿ ਵਿੱਚ ਦੇ ਆਪਾਂ ਘਰੇ ਜਾ ਆਏ ਸੀਗੇ, ਤਾਂ ਉਹਦੇ ਕਰਕੇ ਇੱਧਰ ਉੱਧਰ ਹੋ ਗਏ। ਹੇਮਕੁੰਟ ਸਾਹਿਬ ਤੋਂ ਬਾਅਦ ਆਪਣੀ ਹੈ ਨਾ, ਉਹ ਅਲੱਗ ਤੋਂ ਆਪਣੀਆਂ 5-6 ਵੀਡੀਓ ਸੀਗੀਆਂ, ਹੇਮਕੁੰਟ ਸਾਹਿਬ ਤੋਂ ਬਾਅਦ ਅੱਜ ਇਹ ਆਪਣੀ 13ਵੀਂ ਵੀਡੀਓ ਹੈਗੀ। ਅਤੇ ਸੁਣੋ ਮੈਂ ਨਾਲ ਨਾਲ ਇੱਧਰ ਆਸੇ ਪਾਸੇ ਦਾ ਮੇਰੇ ਵਿਊ ਚੈੱਕ ਕਰਾਉਣਾ ਇੱਕ ਵਾਰ, ਕਿਆ ਬਾਤ ਹੈ ਤੜਕੇ ਤੜਕੇ ਕਮਰੇ 'ਚੋਂ ਬਾਹਰ ਨਿਕਲੇ, ਅਤੇ ਕਮਰੇ 'ਚੋਂ ਬਾਹਰ ਨਿਕਲਦੇ ਸਾਰਾ ਇਹੋ ਜਿਹਾ ਵਿਊ ਮਿਲ ਗਿਆ ਅੱਜ ਤੜਕੇ। ਸੋਹਣਾ ਵਿਊ ਸੀਗਾ, ਇੱਧਰ ਪਿਛਲੇ ਪਾਸੇ ਪਹਾੜੀ ਆ ਅਤੇ ਉੱਧਰ ਬੱਦਲਾਂ ਨੇ ਵਧੀਆ ਮਾਹੌਲ ਬੰਨਿਆ ਪਿਆ ਤੜਕੇ। ਹੁਣ ਆਪਾਂ ਚੱਲਦੇ ਹਾਂਗੇ, ਸਵੇਰ ਦੇ 8:15 ਵਜੇ ਦਾ ਟਾਈਮ ਹੋ ਗਿਆ। ਅਤੇ ਇੱਥੇ ਹੋਟਲ ਦੇ ਥੱਲੇ ਆਪਾਂ ਰਾਤ ਰੋਟੀ ਖਾਧੀ ਸੀ, ਰੋਟੀ ਵਧੀਆ ਸਵਾਦ ਬਣਾਈ ਸੀ ਕੱਲ੍ਹ ਆਲੂ ਗੋਭੀ ਇਹਨਾਂ ਨੇ, ਅਤੇ ਹੁਣ ਤੜਕੇ ਤੜਕੇ ਆਪਾਂ ਚਾਹ ਦੇ ਨਾਲ ਇੱਕ ਇੱਕ ਪਰੌਂਠਾ ਛੱਕਦੇ ਹਾਂ ਅਤੇ ਫਿਰ ਚੱਲਦੇ ਹਾਂਗੇ ਕਿਉਂਕਿ ਪਹਿਲਾਂ ਪੇਟ ਪੂਜਾ ਕੜੰਮ, ਇਹਦੂ ਪਿੱਛੇ ਦੂਜਾ ਕੰਮ ਹੈ ਨਾ। ਅਤੇ ਚਲੋ ਅੱਜ ਚੱਲੀਏ, ਸਬਸਕ੍ਰਾਈਬ ਕਰ ਲਿਓ ਜੇਕਰ ਹਜੇ ਵੀ ਨਹੀਂ ਕੀਤਾ, ਅਤੇ ਲਾਈਕ ਵਾਲਾ ਬਟਨ ਜਾਂ ਪ੍ਰੈਸ ਕਰ ਦਿਓ। ਉਹਦੇ ਨਾਲ ਕਹਿੰਦੇ ਵੀ ਜਿਹੜੀ ਵੀਡੀਓ ਦੀ ਰੀਚ ਆ ਉਹ ਵੱਧ ਜਾਂਦੇ, ਪਿਛਲੀ 2-3 ਵੀਡੀਓ ਦੇਖੀਆਂ ਹੋਣਗੀਆਂ ਥੋੜ੍ਹਾ ਜਿਹਾ ਕੰਮ ਡਾਊਨ ਗਿਆ, ਅਤੇ ਲਾਈਕ ਵਾਲਾ ਬਟਨ ਦੱਬ ਦਿਆ ਕਰੋ, ਉਹਦੇ ਨਾਲ ਵੀਡੀਓ ਦੀ ਰੀਚ ਵੱਧੇ। ਅਤੇ ਕਮੈਂਟ ਦੇ ਵਿੱਚ ਫਤਿਹ ਦੀ ਸਾਂਝ, ਸਤਿ ਸ਼੍ਰੀ ਅਕਾਲ ਜਾਂ ਫਿਰ ਗੱਲਾਂ ਬਾਤਾਂ ਕਰਦੇ ਰਿਹਾ ਕਰੋ। ਅਤੇ ਇਹ ਜਿਹੜਾ ਸਿੱਧਾ ਰਾਹ ਜਾ ਰਿਹਾ, ਜਿਹੜੇ ਰਾਹ ਕੱਲ੍ਹ ਆਪਾਂ ਗਏ ਸੀਗੇ, ਇਹ ਜਾਂਦਾ ਗਾ ਸਿੱਧਾ ਰਾਹ ਚੌਪਟਾ ਨੂੰ, ਜਿਹੜਾ ਮਿੰਨੀ ਸਵਿਟਜ਼ਰਲੈਂਡ। ਘੈਂਟ ਸੀ ਗੱਲਬਾਤ, ਕੱਲ੍ਹ ਵਾਲੀ ਵੀਡੀਓ ਵੀ ਦੇਖ ਲਿਓ। ਚਲੋ ਅੱਜ ਹੁਣ ਆਪਾਂ ਥੱਲੇ ਚੱਲ ਦਿਆਂਗੇ ਅਤੇ ਚੱਲ ਕੇ ਆਪਾਂ ਪਹਿਲਾਂ ਪ੍ਰਸ਼ਾਦਾ ਪਾਣੀ ਛੱਕ ਲਈਏ। ਸੋ ਜੀ, ਸਮਾਨ ਵੱਜ ਗਿਆ, ਮੋਟਰਸਾਈਕਲ 'ਤੇ ਤਿਆਰੀ ਆ ਹੁਣ ਆਪਣੀ ਜਾਣ ਦੀ, ਅਤੇ ਹੁਣ ਆਪਾਂ ਚੱਲਦੇ ਹਾਂ ਇੱਕ ਵਾਰੀ ਸਫ਼ਰ ਨਿਬੇੜਦੇ ਹਾਂ। ਗੇਟ 'ਚ ਬੰਦ ਕਰੇਗਾ ਤਾਂ ਇਹੀ ਹਾਲ ਹੋਣਾ ਸੱਜਣਾ। ਅੱਛਾ ਠੀਕ ਹੈ, ਅਰੇ ਵੀ ਅੱਛਾ, ਸਟੈਂਡ ਲੱਗੇ ਨਾਲ ਵੀ ਨਹੀਂ ਸਟਾਰਟ ਹੁੰਦਾ ਇਹ। ਹਾਂ, ਇਹਦੇ ਬਾਰੇ ਇਹ ਚੀਜ਼ ਦੱਸ ਦਿੰਦੇ ਚੱਲ, ਵੀ ਨਾ ਤਾਂ ਇਹ ਗੇਟ 'ਚ ਕਲੱਚ ਦੱਬੇ ਤੋਂ ਹੋ ਜਾਂਦਾ ਚੱਲ ਸਟਾਰਟ, ਅਤੇ ਜੇ ਇਹਦਾ ਸਟੈਂਡ ਚੱਲਦਾ ਨਹੀਂ ਮੋਟਰਸਾਈਕਲ ਸਟਾਰਟ ਨਹੀਂ ਹੁੰਦਾ, ਇਹ ਜਿੰਨੀ ਮਰਜ਼ੀ ਸਲਫਾ ਮਾਰੀ ਜਾਓ ਕਿੱਕ ਤਾਂ ਹੈ ਹੀ ਨਹੀਂ ਗੀ। ਠੀਕ ਹੈ ਜੀ, ਅਤੇ ਚੱਕਲਾਂ ਬੈਗ ਬਾਈ ਚੱਲੀਏ ਫਿਰ। ਚੱਲ ਇੱਧਰੋਂ ਸਾਰਾ ਸ਼ਹਿਰ ਇੱਕ ਪਹਾੜੀ ਦੇ ਉੱਤੇ ਹੈ ਨਾ, ਟੇਢਾ ਪਹਾੜ ਆ ਗਏ। ਜਿਹੜੀ ਸੜਕ ਹੈਗੀ ਇਹ ਸਾਫ਼ ਬਣੀ ਹੋਈ ਹੈ ਵਧੀਆ, ਕਿਤੇ ਕਿਤੇ ਮਾੜਾ ਮੋਟਾ ਟੋਟਾ ਮਿਲ ਜੇ ਤਾਂ ਮਿਲ ਜੇ, ਠੀਕ ਹੈ ਨਾ, ਪਰ ਬਾਕੀ ਜਿਹੜੀ ਸੜਕ ਸਾਫ਼ ਹੈ, ਜਿਹੜੀ ਇਹ ਕੁੰਡ ਤੱਕ ਹੈਗੀ ਸੜਕ, ਇਹ ਜਿਵੇਂ ਆਪਣੀ ਸਿੰਗਲ ਰੋਡ ਪਿੰਡ ਵਾਲੀ ਲਿੰਕ ਰੋਡ ਹੁੰਦੀ ਹੈ ਹੈ ਨਾ, ਉਵੇਂ ਦੀ ਬਣੀ ਹੋਈ ਹੈ। ਅਤੇ ਫਿਰ ਅੱਗੇ ਜਾ ਕੇ ਇਹ ਵੱਡਾ ਹਾਈਵੇ ਆ ਜਾਣਾ, ਡਬਲ ਤਾਂ ਨਹੀਂ ਆਉਣਾ, ਚਲੋ ਜਿਵੇਂ ਆਪਣੇ ਪੁਰਾਣੇ ਹੁੰਦੇ ਸੀ ਹੈ ਨਾ, ਡਬਲ ਰੋਡ ਜੀ ਟੀ ਰੋਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਵੇਂ ਦਾ ਆ ਜਾਓ ਅੱਗੇ ਚੱਲ ਕੇ। ਚੁੰਨੀ ਆ ਗਏ ਬਾਈ ਆਪਾਂ, ਚੁੰਨੀ ਕਲਾ ਉਹੀ ਟੇਢੇ ਜਿਹੇ ਬੜੇ ਥੋੜ੍ਹੇ ਬਣੇ ਹੋਏ ਆ ਨਾ, ਖੇਤੀ ਵੀ ਹੁੰਦੀ ਆ ਬਾਈ, ਉਹ ਦੂਜੀ ਪੌੜੀ ਨੂੰ ਆਏ ਜਿਹਨੂੰ ਕਹਿੰਦੇ ਆਪਾਂ ਪਹਾੜੀ ਖੇਤੀ। ਅਤੇ ਕੁੰਡ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ ਅਸੀਂ ਇੱਥੇ ਇਹ ਤੀਜੀ ਟੈਂਕੀ ਇਸ ਵਾਰ ਇਸ ਸਫ਼ਰ ਦੀ ਤੇਲ ਦੀ ਪਵਾ ਲਈ ਆ, ਤੀਜੀ ਟੈਂਕੀ ਭਰਾ ਲਈ, 97 ਰੁਪਏ 5 ਪੈਸੇ ਨੂੰ ਤੇਲ ਆ, ਸਿੱਧਾ ਰਹਿਣਾ ਬਾਈ। ਅਤੇ ਇੱਧਰ ਪਵਾ ਕੇ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ, ਕਿਉਂਕਿ ਅੱਗੇ ਪਤਾ ਨਹੀਂ ਪੰਪ ਆਵੇ ਨਾ ਆਵੇ, 2 ਡੰਡੇ ਰਹਿ ਗਏ ਸੀ ਤੇਲ ਦੇ, ਅਤੇ ਉਹਦੇ ਕਰਕੇ ਫਿਰ ਆਪਾਂ ਹੁਣ ਇੱਕ ਵਾਰੀ ਫੁੱਲ ਕਰਾ ਲਈ ਵਾਪਸੀ ਆਪਣੀ, ਆਰਾਮ ਨਾਲ ਕਰਾ ਦੂ, ਕਿਉਂਕਿ ਇੱਥੋਂ 60 ਕਿਲੋਮੀਟਰ ਹੈਗੇ ਨਾ ਕੇਦਾਰਨਾਥ, 60 ਕਿਲੋਮੀਟਰ ਹੀ ਉੱਦਾਂ ਤਾਂ, ਪਰ ਆਪਾਂ ਐਂ ਵੀ ਹੁਣ ਗਾਹਾਂ ਪੰਪ 'ਤੇ ਕਈ ਵਾਰ ਤੇਲ ਹੋਵੇ ਨਾ ਹੋਵੇ, ਆਉਣ ਜਾਣ ਵਾਲੇ ਸ਼ਰਧਾਲੂ ਬਹੁਤ ਜ਼ਿਆਦਾ, ਲੋਕ ਬਹੁਤ ਆਉਂਦੇ ਆ ਹੈ ਨਾ ਇੱਧਰ ਨੂੰ, ਅਤੇ ਉਹਦੇ ਕਰਕੇ ਫਿਰ ਔਖਾ ਜਾਣਾ ਹੋਈ ਵੀ ਗਾਹਾਂ ਨੂੰ, ਇੱਥੇ
मजबूर हो जाते पी भी उन्नी भी यह रोड साफ हो खासा क्योंकि कुंड तक रोड वधिया आ रहा पिछों पर इतने आके रोड की आ हालत मिली आ पानी पूनी झरने का साइड तो बजा हुआ तो आह डिगे हुए नाल पहाड़ तो सड़क का भी पूरा मंदा हाल हिसाब किताब चल रहा है ट्रैफिक मिल लग गई इतने इतने जाम का हिसाब किताब यह है नहीं पता भी सूँ 13-14 किलोमीटर जाम ही मिल जाए लगातार जे अच जाम तो बचता रहेगी वधिया टाइम नाल पहुँच जाएंगे अगे रहन रूह का भी अपना टाइम नाल हो जा नहीं फिर उही अज फिर नहीं रहो जो थोड़ा पहाड़ी एरिए का सफर हो 50-60 किलोमीटर हो ट्रैफिक मिल गई तो बस उदा समझ लो थोड़ा सब तो कतार से लाने लग गया अज का दिन थोड़ा बहुत मजा नहीं लगन वधिया नहीं लगन लग्या हम साढ़े मूहे आह पौना घंटा हो गया कैंटर वाले ही आ रेता मूँह तो पूरा पाँगा जा रहा मूहे ओ पी वी 19 नंबर इनोवा जाती हैगी अद्धा पौना घंटा हो गया बस इन्हों के पिछे ही आया पीड़ी की चाल चले चल रहे सड़क टुटे ओवरटेक करने कि भी थान नहीं मिलना अं जाना पैना जाने कि हम नहाने वाले करते गोलों वाला की गल यही अदवा जिमें जिमें आप सुन प्रयाग के नेड़े पहुंची जाने ट्रैफिक वाला माहौल जोड़ा वो बधी जाता है तो चार पासे उड़ते हैलीकॉप्टर इतने ऐ लगता भी पता नहीं कि गूंजा मोटरसाइकिल को गया आ जा बई और रात मैं भी दिखा आ जाता पीड़ी जंगू दीदा होगा तो इतने भी हम ट्रैफिक लगे हुआ जाम मैप दिखा रहा भी 3-4 किलोमीटर अगे तक ट्रैफिक हो उधर भी गड्डिया गुड्डिया सारिया खड़िया ने परले पासे सारे पार्किंग वाले आ गड्डिया शुरू हो गई इतों पिछों घटो घट अपन 5-6 किलोमीटर पिछे शुरू हो गई जिते भी साइड के लोगों ने गड्डिया पार्क हुई हुई क्योंकि केदारनाथ के बस नेड़े नेड़े पहुंची आवेंगे तो ट्रैफिक बधी जाऊगी इदा खड़िया गड्डिया की ट्रैफिक के आप भी माड़ा साइड से मोटरसाइकिल खड़ाता क्योंकि 50 किलोमीटर अंग चल के आ गए थे इतने बई का ढाबा से एक तो उतों हूँ असं आ एक छोटे छोटे कोक फड़े है कोका कोला जो खोलिया ना जो पड़ाका नहीं पता तेरे में नहीं मैं नहीं वीडियो बनाता पहला मैंने पता नहीं फिर वधिया जिस भाफ जी निकली हैगी जिमें अपने होंगे नहीं अजकल को भाफ जी वाले खाण देते होंगे वो अग जी मत जी धूं जहाँ निकलता उमें जी का निकलिया ये गर्मी बहुत आ गई कपड़े सारे चिट्टे हो गए धोते हुए कपड़े पाया का कोई फायदा नहीं रहता रेते दे सफ़र कर दिया हूँ माड़ा जहा कोक पी लीए ठंडा जहा माहौल कर लिए क्योंकि एक तो इधर ना सारे दे लाल मिर्च वाली पाते है और लाल मिर्च भी अपना शरीर यूज टू नहीं है यूज टू माने भी आदत ही है नहीं आपू कालजा जहा मची जाता रहा अंदरों ना तो आप बनता पर कालजा जहा मचता रहा चलो हम आप पी लीए पी के चल दिया फिर आप अगे सारा सफर नबेड़ के इस वक्त आप जो टिकाने पर पहुंच रहे उत्थे पहुँच गए तो इधर जाता गा मंदिर रास्ता त्रियुगी नारायण आप पहुँच गए तो इधर बई अर्गियों तो इतने कैडी जी बना के पीती है एक चाह क्योंकि थक गए ट्रैफिक के बच्चे डिक डोले खाते हुए सारा लिपट गया तेरा जैकेट का बड़ा बुरा हाल है तेरी का चिट्टी चिट्टी हो गई जमा अज ही पाई सी तो हम असी चलते हैं मंदिर के आप चल के कम धोलीए पहला मूँ हथे इधर नलकी धोलने मैं कहना इधर अगे चल के 0 पॉइंट भी दींदा इतों वो आप वापस आके देखते हैं तो मंदिर का मेन गेट बनया हुआ इधर तो हम आप चलते हैं जिमें हरेक मंदिर के हों प्रसाद वगैरह ली सारे दुकाना बनिया होंगे ने उमें सारा जोड़ा माहौल है थालियां तैयार होंगे ने है ना सारा कुछ जोड़ा मंदिर के चीज़ चढ़दियां ने चौल नारियल फुल उमें रखे हुए सारा कुछ बच्चे जी देखते हैं कि दूर आ वैसे तो नाल ही कह रहे हो भी थोड़ी ही वाट बाली वाट है नहीं तो यह मंदिर हैगा त्रियुगी नारायण टैंपल जोड़ा अच्छा आप देखना है इस जगह के उपर शिव भगवान के पार्वती जी का ब्याह होया जो है ना वो धुआं देख रहे हो उस समय का जोड़ा भी फेरे लेंदे होंगे है ना अग्नि अज भी बल रही हैगी जो उन्होंने इतने फेरे ले अग्नि द्वारे है ना अंदर 3 युगों के उपर हजे भी उन्नी बल रहा है तो अलग अलग तो यह महाजग करने वास्ते इतने जगह बनी हुई है भी जोड़ा प्रसाद वगैरह है ना जिमें पिछे देखे होने तुम बाजार के भी चूड़िया वगैरह पाया से उमें किट पूरी तैयार करते होंगे जिमें एक किट होंगी वो इतने चढ़ते लोग इतने आके कहें अपने ब्याह की सुख भी सुख के जाते भी जोड़े आते हैं है ना अपने ब्याह दुखा सुख जो सारा कुछ उमें चलता है गलबात इतने तो उस जोड़ा अंदर धूना गा वो जी राख है वो भी है ना लेके जाते लोग घर के इधर ही कुंड यह है ब्रह्म कुंड ऐ 7 कुंड बने हुए इतने तो मीह सारा जोड़ा मंदिर है वो पानी नाल भर जाता चार पासे तो पानी पानी होता पर निकल जाता पानी भी सारा पानी के भर जाता स 24-12 महीने ओपन रहा स्नो के भी ये ओपन रहा भी वह थान जिथे शिव तो पार्वती जी का ब्याह होया त्रियुगी नारायण टैंपल इस मंदिर का नाम है ऐसा मंदिर है उत्तराखंड के जोड़े मंदिर आगे सूँ ज़्यादातर है ना वो इस शेप के मिलने तो हरेक स्टेट के आप वक्रे जिमें साउथ के जाने
ਤਾਂ ਵੱਖਰੇ ਆਪਾਂ ਨੂੰ ਅਲੱਗ ਜਿਹੜਾ ਆਰਕੀਟੈਕਟ ਦੀ ਨਾ ਮੰਦਰਾਂ ਦੇ ਵਿੱਚ ਉਹ ਬਣਾਉਣ ਦੇ ਹੁੰਦਾ ਕਿਹੜੇ ਰਾਜਿਆਂ ਨੇ ਬਣਵਾਏ ਕਿਵੇਂ ਬਣੇ ਹੈ ਨਾ ਸਾਰਾ ਕੁਛ ਹੁੰਦਾ ਚਲੋ ਅੱਜ ਆਪਾਂ ਹੁਣ ਥੱਲੇ ਚੱਲਦੇ ਬਾਕੀ ਦੀ ਗੱਲਬਾਤ ਆਪਾਂ ਥੱਲੇ ਚੱਲ ਕੇ ਚੱਲਦੇ ਇੱਥੋਂ ਇੱਕ ਕਿਲੋਮੀਟਰ ਦੂਰ ਗੌਰੀ ਗੁਫਾ ਕੀਤੀ ਸੀ ਪਾਰਵਤੀ ਨੇ ਫਿਰ ਉਹ ਗੌਰੀ ਗੁਫਾ ਅੱਜ ਇੱਥੋਂ ਇੱਕ ਕਿਲੋਮੀਟਰ ਦੂਰ ਆ ਉੱਥੇ ਮਤਲਬ ਹੋਰ ਤਾਂ ਕੁਛ ਹੈ ਨਹੀਂ ਬਸ ਇਕੱਲੀ ਗੁਫਾ ਦੀ ਟਰੈਕ ਹੈ ਇੱਕ ਕਿਲੋਮੀਟਰ ਦਾ ਉੱਥੇ ਉਹ ਬਣੀ ਹੋਈ ਹੈ ਜੇ ਤੁਸੀਂ ਜਾਣਾ ਵੀ ਉੱਥੇ ਵੀ ਜਾ ਸਕਦੇ ਹੋ ਚਲੋ ਅੱਜ ਹੁਣ ਆਪਾਂ ਥੱਲੇ ਚੱਲ ਕੇ ਦਿਖਾਈਏ ਤੁਹਾਨੂੰ ਸਾਰਾ ਝੱਕ ਵੱਕ ਇੱਧਰ ਕਿਸੇ ਦਾ ਕੋਈ ਆਰਤੀ ਵਗੈਰਾ ਕਰਾ ਰਿਹਾ ਹੈ ਨਾ ਯੱਗ ਕਰਾ ਰਿਹਾ ਕਿ ਸਾਰੇ ਉਹ ਬੈਠੇ ਹੈਗੇ ਇੱਕ ਪਰਾ ਚਾਰੇ ਖੂੰਜਾਂ 'ਤੇ ਬਣੇ ਹੋਏ ਹਰੇਕ ਜਗ੍ਹਾ ਦੇ ਉੱਪਰ ਬਣੇ ਹੋਏ ਅਲੱਗ ਅਲੱਗ ਮੰਦਰ ਬਣੇ ਹੋਏ ਹੈਗੇ ਅਤੇ ਇੱਥੇ ਜਿਹੜਾ ਉੱਤਰਾਖੰਡ ਦਾ ਜਿਹੜਾ ਟੂਰਿਸਟ ਵਿਭਾਗ ਹੈਗਾ ਉਹਨਾਂ ਵੱਲੋਂ ਲਿਖ ਕੇ ਵੀ ਲਾਇਆ ਹੋਇਆ ਇਸ ਮੰਦਰ ਬਾਰੇ ਸਾਰੀ ਜਿਹੜੀ ਡਿਟੇਲ ਹੈਗੀ ਉਹ ਵੀ ਦਿੱਤੀ ਹੋਈ ਹੈ ਮੰਦਰ ਦੇ ਵਿੱਚ ਅਲੱਗ ਅਲੱਗ ਦੇਵੀ ਦੇਵਤਿਆਂ ਦੇ ਹੈ ਨਾ ਜਿਹੜੇ ਸਥਾਨ ਬਣੇ ਹੋਏ ਜਿਵੇਂ ਹਨੂੰਮਾਨ ਜੀ ਦਾ ਬਣਿਆ ਹੋਇਆ ਗਾ ਅਤੇ ਅਲੱਗ ਅਲੱਗ ਦੇਵੀ ਦੇਵਤਿਆਂ ਦੇ ਜਿਹੜੇ ਉਹ ਮੰਦਰ ਹੈਗੇ ਉਹ ਬਣੇ ਹੋਏ ਹੈਗੇ ਅਤੇ ਇਹ ਜਿਹੜਾ ਮੰਦਰ ਹੈਗਾ ਇਹ ਵਿਸ਼ਨੂੰ ਭਗਵਾਨ ਨੂੰ ਸਮਰਪਿਤ ਹੈ ਕਿਉਂਕਿ ਜਦੋਂ ਕਹਿੰਦੇ ਵੀ ਸ਼ਿਵ ਅਤੇ ਪਾਰਵਤੀ ਜੀ ਦਾ ਵਿਆਹ ਹੋ ਰਿਹਾ ਸੀ ਨਾ ਸਾਰੇ ਦੇਵੀ ਦੇਵਤਿਆਂ ਦੇ ਨਾਲ ਮੁੱਖ ਭੂਮਿਕਾ ਵਿਸ਼ਨੂੰ ਜੀ ਦੀ ਵੀ ਸੀਗੀ ਉਸ ਮੰਡਪ ਦੇ ਵਿੱਚ ਅਤੇ ਇਸ ਮੰਦਰ ਦੇ ਚਾਰੇ ਖੂੰਜਿਆਂ ਦੇ ਉੱਪਰ ਇਹ ਮੰਡਪ ਬਣੇ ਹੋਏ ਆ ਲੋਕ ਆਉਂਦੇ ਆ ਵਿਆਹ ਤੋਂ ਬਾਅਦ ਵੀ ਆਉਂਦੇ ਆ ਹੈ ਨਾ ਨਵ ਵਿਆਹੇ ਜੋੜੇ ਇੱਥੇ ਭਾਈ ਹਿੰਦੂ ਧਰਮ ਦੇ ਵਿੱਚ ਇਹ ਮਾਨਤਾ ਵੀ ਇੱਥੇ ਆਉਂਦੇ ਅਤੇ ਆਪਦਾ ਜਿਹੜਾ ਆਉਣ ਅਗਲਾ ਜਿਹੜਾ ਹੈ ਨਾ ਜੀਵਨ ਹੈਗਾ ਅਤੇ ਨਵੇਂ ਜੀਵਨ ਲਈ ਇੱਥੋਂ ਆਸ਼ੀਰਵਾਦ ਲੈ ਕੇ ਜਾਂਦੇ ਹੈਗੇ ਸਾਰੇ ਐਂ ਦਾ ਬਣਿਆ ਹੋਇਆ ਇਹ ਮੰਦਰ ਉਹ ਥਾਂ ਜਿੱਥੇ ਸ਼ਿਵ ਅਤੇ ਪਾਰਵਤੀ ਜੀ ਦਾ ਵਿਆਹ ਹੋਇਆ ਸੀ ਅੱਜ ਹੁਣ ਆਪਾਂ ਪਰਲੇ ਪਾਸੇ ਨੂੰ ਵੀ ਚੱਲਦੇ ਹਾਂ ਮੰਦਰ ਦੀ ਚੱਲ ਕੇ ਦਿਖਾਉਂਦੇ ਸਾਨੂੰ ਸਾਰਾ ਕੁਛ ਉੱਧਰ ਵੀ ਦੇਖ ਲਓ ਵਿਚਾਰੇ ਖੂੰਜਿਆਂ 'ਤੇ ਆ ਉੱਧਰ ਵੀ ਚੱਲ ਰਿਹਾ ਹਵਨ ਵਗੈਰਾ ਪੂਜਾ ਚੱਲ ਰਹੀ ਹੈਗੀ ਹੈ ਨਾ ਅਤੇ ਇੱਧਰ ਵੀ ਇਹ ਥਾਂ ਬਣੇ ਹੋਏ ਹੈ ਅਤੇ ਇੱਧਰਲੇ ਪਾਸੇ ਨਾ ਸ਼ਿਲਾ ਬਣੀ ਹੋਈ ਆ ਉਹ ਸ਼ਿਲਾ ਦੇ ਕੋਲ ਕਿਹਾ ਜਾਂਦਾ ਕਿ ਮਾਤਾ ਪਾਰਵਤੀ ਜੀ ਦਾ ਜਿਹੜਾ ਕੰਨਿਆਦਾਨ ਕੀਤਾ ਸਾਰੇ ਦੇਵੀ ਦੇਵਤਿਆਂ ਰਾਜਿਆਂ ਨੇ ਉਸ ਸਮੇਂ ਆ ਕੇ ਇਸ ਜਗ੍ਹਾ ਦੇ ਉੱਪਰ ਕੰਨਿਆਦਾਨ ਕੀਤਾ ਸੀ ਅਤੇ ਮੰਦਰ ਦੇ ਅੰਦਰ ਅਤੇ ਜਿਹੜੀ ਅਗਨੀ ਹੈ ਨਾ ਉਹ ਸਾਹਮਣੇ ਸਾਨੂੰ ਦਿਖਾ ਦਿੰਦੇ ਕਰਦੇ ਸੀ ਗੇਟ ਵਿੱਚ ਜਿੱਦਾਂ ਹੀ ਮੰਦਰ ਬੰਦ ਹੈਗਾ ਟਾਈਮਿੰਗ ਕਰਕੇ ਅਤੇ ਅੰਦਰ ਜਿਹੜੇ ਉਹ ਫੇਰੇ ਹੋਏ ਸੀ ਅਗਨੀ ਦੇ ਦੁਆਲੇ ਅਤੇ ਇੱਧਰਲੇ ਪਾਸੇ ਵੀ ਕੰਨਿਆਦਾਨ ਕੀਤਾ ਗਿਆ ਸੀਗਾ ਅਤੇ ਇੱਥੇ ਸ਼ਿਵ ਅਤੇ ਪਾਰਵਤੀ ਜੀ ਦੇ ਫੇਰੇ ਹੋਏ ਸੀ ਮੰਦਰ ਦੇ ਵਿੱਚ ਉਹੀ ਅਗਨੀ ਹੈ ਨਾ ਜਿਹੜੀ ਹੁੰਦੀ ਹੈਗੀ ਉਹ ਫੇਰਿਆਂ ਦੇ ਟਾਈਮ 'ਤੇ ਅੱਜ ਵੀ 300 ਸਦੀਆਂ ਤੋਂ ਇੱਥੇ ਬਲ ਰਹੀ ਹੈ ਇਸ ਮੰਦਰ ਦੇ ਵਿੱਚ ਜੀ ਇਹ ਮੰਦਰ ਦਾ ਸਾਰਾ ਤੁਹਾਨੂੰ ਦਰਸ਼ਨ ਮਿਲਿਆ ਅਤੇ ਨਾਲ ਆਪਾਂ ਇਸ ਜਗ੍ਹਾ ਦਾ ਇਤਿਹਾਸ ਬਾਰੇ ਦੱਸਤਾ ਹੈ ਨਾ ਵੀ ਉੱਥੇ ਹੋਈ ਸੀ ਸ਼ਿਵ ਅਤੇ ਪਾਰਵਤੀ ਜੀ ਦਾ ਵਿਆਹ ਉਹ ਉੱਧਰਲੇ ਪਾਸੇ ਜਿਹੜਾ ਉਹ ਸ਼ੈੱਡ ਬਣਿਆ ਉੱਥੇ ਸ਼ਿਲਾ ਗੀ ਜਿੱਥੇ ਕੰਨਿਆਦਾਨ ਹੋਇਆ ਅਤੇ ਮੰਦਰ ਦੇ ਅੰਦਰ ਫੇਰੇ ਹੋਏ ਸੀ ਅੱਜ ਵੀ ਉਹੀ ਅਗਨੀ ਬਲ ਰਹੀ ਹੈਗੀ 300 ਸਦੀਆਂ ਤੋਂ ਅਤੇ ਮੰਦਰ ਦੀ ਟਾਈਮਿੰਗ ਸੀ ਹਜੇ ਬੰਦ ਆ ਮੰਦਰ ਫਿਰ ਆਪਾਂ ਲੇਟ ਬਹੁਤ ਹੋ ਜਾਣਾ ਅਤੇ ਹੁਣ ਆਪਾਂ ਚੱਲਦੇ ਹਾਂਗੇ ਇੱਧਰ ਨੂੰ ਅਤੇ ਇੱਧਰ ਦੇ ਆਏ ਸੀ ਉਹ ਪਰਾਂ ਜੋੜੇ ਲਾਏ ਹੋਏ ਆਪਾਂ ਜੋੜੇ ਪਾ ਕੇ ਚੱਲਦੇ ਹਾਂਗੇ ਅਤੇ ਬਹੁਤ ਸੋਹਣਾ ਮੰਦਰ ਬਣਿਆ ਹੋਇਆ ਹੈਗਾ ਵਿਸ਼ਨੂੰ ਭਗਵਾਨ ਨੂੰ ਸਮਰਪਿਤ ਆ ਇਹ ਅਤੇ ਮੁੱਖ ਭੂਮਿਕਾ ਕਹਿੰਦੇ ਆ ਵੀ ਜਿਹੜੀ ਉਹਨਾਂ ਦੇ ਵਿਆਹ ਦੇ ਵਿੱਚ ਸੀਗੀਆਂ ਨਾ ਉਹਦੇ ਕਰਕੇ ਫਿਰ ਇਹ ਜਿਹੜਾ ਮੰਦਰ ਹੈਗਾ ਉਹ ਵਿਸ਼ਨੂੰ ਭਗਵਾਨ ਨੂੰ ਭਾਈ ਸਮਰਪਿਤ ਕੀਤਾ ਹੋਇਆ ਹੈਗਾ ਅਤੇ ਅੱਜ ਬੱਦਲ ਜੇ ਤਾਂ ਹੈਗਾ ਪਰ ਵਿਊ ਬਹੁਤ ਸੋਹਣਾ ਆ ਰਿਹਾ ਹੈਗਾ ਵੀ ਨਾ ਤਾਂ ਜਦ ਧੁੱਪ ਆ ਗਈ ਅਤੇ ਨਾ ਹੀ ਵਾਹਲੀ ਡਿੰਮ ਜਿਹੀ ਲਾਈਟ ਆ ਗਈ ਸੋਹਣੀ ਗੱਲਬਾਤ ਅਤੇ ਚਾਰੇ ਪਾਸੇ ਪਹਾੜ ਅਤੇ ਜੇ ਮਾੜਾ ਜਿਹਾ ਆਪਾਂ ਉੱਪਰ ਨੂੰ ਜਾਂਦੇ ਹਾਂ ਨਾ ਤਾਂ ਇੱਥੋਂ ਸਾਹਮਣੇ ਗਲੇਸ਼ੀਅਰ ਦੇਖਣ ਲੱਗ ਜਾਂਦਾ ਹੈਗਾ ਇਹ ਦੇਖ ਨਹੀਂ ਰਿਹਾ ਬਾਈ ਘਰ ਆ ਗਏ ਉਹ ਇਹ ਪਰਾਂ ਜਾ ਕੇ ਦਿਖਾਉਣਾ ਚਾਹੂੰਗਾ ਤੁਹਾਨੂੰ ਸੋਰੀ ਬਾਈ ਥੱਲੇ ਨਹੀਂ ਚੱਲਦੇ ਹਾਂ ਥੱਲੇ ਚੱਲ ਕੇ ਦਿਖਾਉਣਾ ਤੁਹਾਨੂੰ ਸਾਰਾ ਅਤੇ ਇੱਧਰ ਦੁਕਾਨ ਦੇ ਉੱਪਰ ਫੋਟੋਆਂ ਵੀ ਪੰਗਾ ਨੇ ਜਦੋਂ ਸਨੋਅ ਪਈ ਹੁੰਦੀ ਆ ਬਰਫ਼ ਪਈ ਹੁੰਦੀ ਆ ਹੈ ਨਾ ਉਹ ਸਾਰੀ ਜਿਹੜੀ ਫੋਟੋ ਉਹ ਖਿੱਚ ਕੇ ਰੱਖੀ ਹੋਈ ਉੱਥੇ ਸ਼੍ਰੀ ਤ੍ਰਿਯੁਗੀ ਨਾਰਾਇਣ ਅਤੇ ਉੱਪਰ ਕੇਦਾਰਨਾਥ ਫੋਟੋ ਹੈ ਰਾਮਪੁਰੇ ਤੋਂ ਆ ਗਏ ਕੋਈ ਹੈ ਨਾ ਉਹਨਾਂ ਨੇ ਲਾਇਆ ਹੋਇਆ ਥੱਲੇ ਭੰਡਾਰਾ ਚੱਲ ਕੇ ਦੇਖਦੇ ਜੋ ਵੀ ਟੱਕਰ ਗਿਆ ਆਪਾਂ ਨੂੰ ਦੇਖੋ ਵੀ ਇੱਥੇ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਨਾ ਪ੍ਰਸ਼ਾਦ ਜਿਹੜਾ ਚੜ੍ਹਦਾ ਹੈ ਨਾ ਵੀ ਉਵੇਂ ਚੂੜੀਆਂ ਮਹਿੰਦੀ ਸਾਰਾ ਕੁਛ ਹੋਈ ਮਤਲਬ ਜਿਵੇਂ ਵਿਆਹ ਵਾਲਾ ਮਨ ਤਾਂ ਹੁੰਦਾ ਹੈ ਨਾ ਸਾਰਾ ਕੁਛ ਉਵੇਂ ਚੜ੍ਹਦਾ ਹੈ ਇੱਥੇ ਵੀ ਬਣੇ ਹੋਏ ਤਾਂ ਹੈਗੇ ਆ ਗੈਸਟ ਹਾਊਸ ਵਗੈਰਾ ਹੈਗੇ ਆ ਹੈ ਨਾ ਰਹਿਣ ਨੂੰ ਯਾਤਰੀ ਨਿਵਾਸ ਬਣੇ ਹੈਗੇ ਹੋਟਲ ਵਗੈਰਾ ਸਾਰਾ ਕੁਛ ਹੈਗਾ ਪਰ ਆਪਾਂ ਇੱਥੇ ਰੁਕ ਨਹੀਂ ਰਹੇ ਕਿਉਂਕਿ ਚੱਕਰ ਕੀ ਪੈ ਗਿਆ ਕਿ ਇੱਥੇ ਏਅਰਟੈੱਲ ਦਾ ਨੈਟਵਰਕ ਨਹੀਂ ਆ ਰਿਹਾ ਜੀਓ ਦਾ ਨੰਬਰ ਸਾਡੇ ਕੋਲ ਹੈਗਾ ਇੱਕ ਤਾਂ ਏਅਰਟੈੱਲ ਦਾ ਹਰ ਸਿਮਰਨ ਨੇ ਹੁਣ ਲੈ ਕੇ ਆਉਂਦਾ ਹੋਇਆ ਹੈਗਾ ਉਹਦੇ ਚੱਕਰ ਵਿੱਚ ਨੈਟਵਰਕ ਨਹੀਂ ਆ ਰਿਹਾ ਫਿਰ ਵੀਡੀਓ ਚੜ੍ਹਾਉਣ ਦੇ ਵਿੱਚ ਦਿੱਕਤ ਆ ਜਾਂਦੀ ਕਿਉਂਕਿ ਇੱਕ ਨੰਬਰ ਨਾਲ ਸਰਦਾ ਨਹੀਂ ਗਾ ਜੇ ਜੀਓ 5G ਚੱਲ ਜਾਂਦਾ ਫਿਰ ਅਸੀਂ ਦੋਨੇ ਸਾਰ ਲੈਂਦੇ ਪਰ ਜੀਓ 5G ਇਹ ਪਿੰਡ ਦੇ ਵਿੱਚ ਹੈ ਨਹੀਂ ਉਹ ਉੱਧਰ ਇੱਕ ਹੋਰ ਹੈਲੀਕਾਪਟਰ ਉੱਡਿਆ ਜਾਂਦਾ ਹੈਗਾ ਛੋਟਾ ਜਿਹਾ ਇੱਥੇ ਹੈਲੀਕਾਪਟਰ ਬਹੁਤ ਆ ਗਏ ਕੇਦਾਰਨਾਥ ਨੂੰ ਜਾਣ ਵਾਲੇ ਇੱਕ ਤਾਂ ਇੱਧਰ ਜਾ ਰਿਹਾ ਸੀ ਇੱਕ ਮੈਨੂੰ ਉਹ ਉੱਧਰ ਦੇਖ ਰਿਹਾ ਜਾਂਦਾ ਉਹ ਪਹਾੜੀਆਂ ਦੇ ਵਿੱਚ ਦੀ ਗੱਲਬਾਤ ਕਰ ਰਿਹਾ ਆ ਜਾ ਰਡਾਰ 'ਚ ਉਹ ਜਾਂਦਾ ਜੇ ਤੁਸੀਂ ਧਿਆਨ ਨਾਲ ਦੇਖੋ ਵੀ ਇੱਥੇ 5G ਨਹੀਂ ਚੱਲਦਾ ਇੱਥੇ 4G ਚੱਲਦਾ ਗਾ ਜੀਓ ਦਾ ਇਕੱਲਾ VI ਦੇ ਵੀ ਨੈਟਵਰਕ ਹੈ ਨਹੀਂ ਇਕੱਲਾ ਜੀਓ ਚੱਲਦਾ ਗਾ ਅਤੇ ਇੱਧਰ ਇਹ ਵੈਲੀ ਜਿਹਨੂੰ ਆਪਾਂ ਕਹਿੰਦੇ ਹਾਂ ਬਹੁਤ ਸੋਹਣੀ ਹੈਗੀ ਬੱਦਲਾਂ ਦਾ ਅੱਜ ਵਿਊ ਨਜ਼ਾਰੇ ਬੰਨੀ ਜਾਂਦਾ ਕੈਮਰਾ ਜਿਹਾ ਐਂ ਲੱਗਦਾ ਪਤਾ ਨਹੀਂ ਕਿੰਨਾ ਕਲੀਅਰ ਹੋ ਗਿਆ ਅਤੇ ਇੱਥੋਂ ਆ ਅੱਗੇ 0 ਪੁਆਇੰਟ ਚੱਲਦਾ ਹੂੰ ਹੋਟਲ ਇੱਥੇ ਪਰਤੇ 'ਚ ਪੈ ਜਾਣਾ ਸੀ ਰਹਿਣ ਵਾਸਤੇ ਵੀ ਫਿਰ ਅਸੀਂ ਸਵੇਰੇ ਹੀ ਸੋਚਿਆ ਸੀਗਾ ਵੀ ਚੱਲ ਜਾਈਏ ਥੱਲੇ ਸਿੱਧਾ ਇੱਥੋਂ ਵੀ 10 ਕਿਲੋਮੀਟਰ ਆਪਾਂ ਥੱਲੇ ਉਤਰਨਾ ਗਾ ਇਸ ਤੋਂ ਬਾਅਦ ਪਾਰਕਿੰਗ 'ਚ ਮੋਟਰਸਾਈਕਲ ਲਾ ਕੇ ਫਿਰ ਕੇਦਾਰਨਾਥ ਦੀ ਜਿਹੜੀ ਚੜ੍ਹਾਈ ਹੈਗੀ ਉਹ ਚੜ੍ਹਨ ਲੱਗ ਜਾਂਗੇ ਵੀ ਸੇਮ ਡੇ ਆ ਜਾਂ ਆਉਣ ਜਾਣ ਕਰ ਲਾਂਗੇ ਆਪਾਂ
तो हूँ ये बनाया हजे तक का प्लान जो आप बनाया तो इतों हूँ आप जीरो पॉइंट दिखा के लैके आना। एक तो बाद अगर तोशका पिंड भी है एक वो आखिरी पिंड कह दें भारत का पर उधर कहते कोई भी टूरिस्ट जाता नहीं गा वो तो बाद बस 5-6 किलोमीटर का ट्रैक आ तो उस तो बाद इधर भी आखिरी पिंड बनया हुआ है। तो इतों सारिया जो बर्फीलियाँ पहाड़ियां ने वो सामने देख रही आप बनया हुआ सारा जेडे जीरो पॉइंट कह देंगे भाई इतने वो बर्फ वाले पहाड़ तो काले तो चिट्टे बदलों का कंट्रास्ट क्या ही बात आ। तो वो जो पर्बत देख रहे बर्फ वाला वो तो पार है केदारनाथ। केदारनाथ पहला कहें भी इतों इस मंदिर तो भी एक राह जाता होंगे सी पुराने टाइम वो फिलहाल की घड़ी बंद कर दिता गया गा भी वह बंद होने का कारण यह होगा भी आता राह उदा का होना भी हम पर राह बनाया है ना प्रोपर भी निगरानी रखी जाती है रस्ते उपर सारी सिक्योरिटी वगैरह सारा कुछ होंगे है ना वो कुछ कारण हो सकते बाकी ये हो सकता भी राह औखा हो सकता फिजिकल फिटनेस लोगों की हम मेरे अर्गिया नहीं उन्नी है नहीं गी तो बाकी ये गलबात है ठीक है जी। तो आओ सारा पर्बत आ ये तो पार है केदारनाथ केदारनाथ तो फिर एक बचाले बड़ी पर्बत आ बर्फ वाले तो बाद अगे बद्रीनाथ आ जाता बस भी वह पहाड़ों का राह कुछ ए जिदा हों जब तुम पहाड़ सर करने तो सीधे चढ़ जाओगे पर सौखी गल नहीं होंगी ये नहीं फिर सोनू घूम घुमा के उही सड़क हूँ जिमें आप पिछे जाना है ना वापस आप वापस भी मुड़ना तो वापस अपन इसे राह मुड़ना पैना गा कोट मैं अच्छ पा लिया हूँ मोढ़े तो टंगी फिर क्योंकि गर्मी लग रही है तो वापस भी जाना तो यही राह सारा मुड़ना पैना गा ए नहीं है भी आप कोई होर राह जाके पर बग जाइए यह सारा हिसाब किताब है। तो जोड़ा ये मंदिर बनया हुआ से लगभग 6400 फुट की ऊंचाई से ना बई लगभग 6400 फुट की ऊंचाई के उत्ते बनया हुआ सी यह मंदिर। तो अज आप बस ये जगह देखना आए थी उदा भी घूमन फिरन ये देखने सोहनी जगह आ गई जिमें इधरले पास जहाँ देखिए आखिरी पिंड आ गया तो बस आखिरी तो नहीं इतों अगे जी सड़क आँदी वो है तो ऊँ घर जहाँ पिंड के 5 किलोमीटर दूर एक आखिरी पिंड आ जूगा इतों अगे चीन का बार्डर आ जाता मेरे वीरियो। तो जोड़ा ये मंदिर बनया हुआ है ना त्रियुगी नारायण टैंपल त्रियुगी नारायण जेडे विष्णु भगवान के अवतार ने एक उन्होंने रूप आ है ना विष्णु जी का उन्होंने समर्पित उन्हों की इतने मूर्ति लगी है। कहा जाता भी जोड़ा शिव तो पार्वती जी का पहला ब्याह गा ना वह हरियाणे के एक जगह हैगी उत्थे होना सी पर उत्थे बिघन पैण करके फिर जी पार्वती जी से उन्होंने अपने आप को सती कर लिया। तो फिर इस बाद 60,000 साल तक तपस्या की इतने देवी देवते फिर आए है ना उन्होंने फिर इस बाद इतने ब्याह की जी विधि हैगी संपूर्ण की गई हैगी भी पहला उन्होंने अपने आप को सती कर लिया तो पुनर्जन्म होया फिर तपस्या की सती होने तो बाद 60,000 साल का टाइम दस दिया तो इस बाद फिर उन्होंने शिव ते पार्वती जी का इतने जोड़ा वह ब्याह रचाया गया जिद सारे देवी देवते है जिन्हें भी देवी देवते उस समय इतने मौजूद से उन्होंने इतने मंदिर बने हुए मूर्तियां लगिया हुई है ना। तो इतने आने वास्ते सोनू दो चीज़ा राह दसदा मैं सोन मार्ग तो एक तो है ना केदारनाथ वाले पास लंघ जाता गा सोन प्रयाग तो सॉरी सोन प्रयाग तो केदारनाथ वाले पास लंघ जाता सोन प्रयाग तक ही सोनू ट्रैफिक मिलनी जो तुम सोन प्रयाग तो इधरले इस मंदिर वाली या फिर इस पिंड वाली सड़क मुड़ के उतों ट्रैफिक सोनू खत्म हो जाऊ क्योंकि इधर कोई टामा टला बहुत घट्ट टूरिस्ट या फिर बहुत घट्ट श्रद्धालु इधरले पास होंगे ज़्यादातर जोड़े जाने वाले वो केदारनाथ वाले पास जाने वाले होंगे है तो इतने आते है लोग है ना इतने आने का जोड़ा राह गा वो ठीक है गा साफ है गा ट्रैफिक नहीं मिलती खुला जहा राह गा तो आके तुम इतने रह भी सकते हो जे रहना गए जे वापस जाना तो जा सकते हो सोन प्रयाग तो 6 किलोमीटर की दूरी हैगी 6-7 किलोमीटर की दूरी है तुम इतने आराम आ सकते हो खुला डुला राह वधिया तो मंदिर के बिल्कुल कोले लग जाता मोटरसाइकिल आ के गेट के उपर जिमें आप ला के गए है ना इस तो 70 मीटर की दूरी होगी वध तो वध तो गड्डी 100 मीटर दूर लग जाती है भी आराम नाल इत्थे नहीं है कोई ट्रैक चढ़ के आना तुसीं बिल्कुल कोले आ सकते हो यह सारा आने के बाबत जानकारी सी ठीक है जी। तो यह सारी बस इतों की गलबात हैगी बाकी जी होर इनफोरमेशन हैगी चलो भी आप डी अपनी वाला इतिहास से आते तो यह चीज़ सारी गलबात है। टाइम हजे 3:30 बजे से असी राह इतने सानू नैटवर्क मिल गया सारा ही बी आई भी चलता जियो भी चल रहा है एयरटेल भी इतने बाई का बनया प्रिंस होम स्टे इतने असी रुक गए 1000 रुपये के बाई तो असी यह कमरा लै लिया वधिया साफ सुथरा गीजर गूजर लग्या हुआ गलबात है भी हम सूँ ये भी तड़के से 3:30 बजे चल पी इतों सोन प्रयाग में सोन प्रयाग तो क्योंकि मोटरसाइकिल खड़ जाना फिर इस बाद अगे जाके सरकारी सारा चलो कल की वीडियो के आप सूँ दिखावे जाना आने का प्रोसैस तो मोटरसाइकिल इधर लाता तो इधर इन्हों का खाण पीन का बनया हुआ हूँ चाह पीने असी चाह पी के फिर तो बाद इतों चलेंगे तो कोशिश करा जो इन्हों गलबात होगी तो कल समान असी इन के कोल रख जाएंगे इतने दुकान के लिए देखिए भाई वो पैर से चढ़ते तो यह गलबात आ सारी तो भी हूँ एक तो सूँ यह भी हजे टाइम पे आ गया चल कपड़े धो लिया जी क्योंकि कपड़े थोड़े जे गंदे हो रखे अज वाले भी यह धोते हुए पाए थे पर रहे नहीं धोते वाले ये रेते ने जमा भरते हूँ इन्होंने को छत है छत से आप कपड़े सुखा देंगे फटाफट हूँ चाह पी के कपड़े दे मारीे मल माड़ी जी। ये माहौल है साढ़े होटल के कमरे के बैक साइड का धुप हजे हैगी धुप करके आप अज रुकन का
ਲਿਆ ਫੈਸਲਾ ਵੀ ਫਿਰ ਅੱਗੇ ਗੰਗੋਤਰੀ ਵਾਲੇ ਪਾਸੇ ਜਾਵਾਂਗੇ ਤਾਂ ਉੱਧਰ ਨੂੰ ਧੁੱਪ ਨਹੀਂ ਮਿਲਣੀ, ਤੰਗ ਹੋਵਾਂਗੇ ਜੇ ਕੱਪੜਾ ਲੀੜਾ ਨਾ ਸੁੱਕਿਆ। ਹੈਲੀਕਾਪਟਰ ਦੀ ਆਵਾਜ਼ ਇੱਥੇ 30 ਸਕਿੰਟ ਬਾਅਦ ਹੈਲੀਕਾਪਟਰ ਆ ਜਾਂਦਾ, ਇੱਕ ਉੱਧਰ ਉੱਡਿਆ ਜਾਂਦਾ ਗਾ, ਇੱਕ ਇੱਧਰ ਉੱਡਿਆ ਜਾਂਦਾ। ਮਤਲਬ ਖਾਸੀ ਵੱਡੀ ਸਰਵਿਸ ਆ ਹੈਲੀਕਾਪਟਰ ਦੀ। ਔਨਲਾਈਨ ਬੁੱਕ ਹੁੰਦੀ ਆ, ਔਨਲਾਈਨ ਬੁੱਕ ਕਰ ਜੇ ਨਾਲ ਨਾਲ ਚੱਕਰ ਕੀ ਆ ਨਾ, ਕੇਦਾਰਨਾਥ ਬਿਲਕੁਲ ਕੋਲੇ ਲੈ ਜਾਂਦਾ ਹੈਲੀਕਾਪਟਰ ਦਾ। ਪਰ ਉਹਦੇ ਲਈ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਆ, ਰਜਿਸਟ੍ਰੇਸ਼ਨ ਕਰਾ ਕੇ ਫਿਰ ਤੁਸੀਂ ਜਾ ਸਕਦੇ ਹੋ। ਭਾਈ ਕੋਲ ਤਾਂ ਟੈਂਟ ਵੀ ਸੀਗਾ, ਹੋਵੇ ਟੈਂਟ ਵੀ ਲੱਗਿਆ ਹੋਇਆ, ਅਤੇ ਐਂ ਇਹਨਾਂ ਨੇ ਵਧੀਆ ਇੱਧਰ ਗੱਦੇ ਆਹ ਰੱਖੇ ਹੋਈਆਂ ਕੁਰਸੀਆਂ, ਤੋਂ ਮੂਹਰਲੇ ਪਾਸੇ ਵੀ ਆ, ਪਿਛਲੇ ਪਾਸੇ ਵੀ ਵਧੀਆ ਕੁਰਸੀਆਂ ਰੱਖ ਕੇ ਵੀ। ਦੇਖੋ ਇਸ ਕੁਦਰਤ ਦੇ ਨਜ਼ਾਰੇ, ਪਹਾੜਾਂ ਜਿਵੇਂ ਕਹਿੰਦੇ ਨਹੀਂ ਹੁੰਦੇ, ਪਹਾੜਾਂ 'ਚ ਆ ਕੇ ਹੁਣ ਕੀ ਕਰੀਏ, ਦੇਖੋ ਪਹਾੜਾਂ ਨੂੰ ਬਸ ਦੇਖਦੇ ਰਹੋ ਇਹਨਾਂ ਨੂੰ, ਐਂ ਦੀ ਗੱਲ। ਹੁਣ ਡਿੱਗਦੇ ਹੱਥਾਂ ਦਾ ਮਾਹੌਲ ਦੇਖਦੇ ਹਾਂ ਫਿਰ ਆਪਾਂ ਕੀ ਬਣਦਾ। ਚੱਲਦੇ ਹਾਂ ਹਜੇ ਮਾੜਾ ਮੋਟਾ ਕੱਪੜੇ ਕੁੱਪੜੇ ਧੋ ਲਈਏ, ਹੱਥ ਮੂੰਹ ਧੋ ਲਈਏ ਅਸੀਂ। ਸ਼ਾਮ ਦੇ 6:30 ਵੱਜਣ 'ਤੇ ਆ ਗਏ ਅਤੇ ਆਹ ਜਿਹੜਾ ਬੱਦਲਾਂ ਨੇ ਰੰਗ ਬੰਨ੍ਹ ਕੇ ਮੀਂਹ ਪਾ ਤਾ, ਇੱਥੇ ਹੀ ਬੈਠੇ ਹਾਂ ਕਿ ਕਣਮਿਣ ਕਣੀ ਕਾਦੀ ਹੋ ਜਾਂਦੀ ਸੀ, ਹੁਣ ਮਾੜਾ ਜਿਹਾ ਮੀਂਹ ਤੇਜ਼ ਹੋ ਗਿਆ। ਅਤੇ ਉਹ ਸਾਹਮਣੇ ਪਹਾੜ ਬਿਲਕੁਲ ਦੇਖ ਲਓ ਵੀ ਐਂ ਬਰਫ਼ ਦੇ ਨਾਲ ਢੱਕਿਆ ਹੋਇਆ, ਚੋਟੀ 'ਤੇ ਧੁੱਪ ਪੈ ਰਹੀ ਹੈ ਅਤੇ ਗੱਲਬਾਤ ਕੁਛ ਵੱਖਰੀ ਬਣ ਰਹੀ ਹੈਗੀ। ਇੱਧਰਲੇ ਪਾਸੇ ਹੀ ਕੇਦਾਰਨਾਥ, ਇੱਧਰ ਹੀ ਉਹ ਜਿਹੜਾ ਸਾਹਮਣੇ ਜਾਂਦਾ ਉਹ ਸੜਕਾਂ ਪਾਏ ਸੀ, ਅਤੇ ਇੱਧਰ ਹੀ ਜਾਣਾ ਆਪਾਂ ਟਰੈਕ, ਸਾਰਾ ਕੁਛ ਐਂ ਜੀ ਗੱਲਬਾਤ। ਇਹ ਆਹ ਹੱਥਾਂ ਦਾ ਮਾਹੌਲ ਹੈਗਾ ਇੱਥੇ, ਅਤੇ ਇੱਧਰ ਇਹ ਬਾਈ ਅਰਗਿਆਂ ਦਾ ਬਣਿਆ ਹੋਇਆ ਢਾਬਾ ਜਿੱਥੇ ਆਪਾਂ ਹੁਣ ਪ੍ਰਸ਼ਾਦਾ ਪਾਣੀ ਛਕਣ ਬੈਠੇ ਹੈਗੇ, ਅਤੇ ਸਾਰਾ ਕੁਛ ਵੀ ਇਹ ਇੱਥੇ ਇਹਨਾਂ ਦੇ ਕੋਲ ਹੈਗਾ ਗਾ, ਅਤੇ ਪ੍ਰਸ਼ਾਦੇ ਪਾਣੀ ਰੋਟੀ ਪਾਣੀ ਦਾ ਇੰਤਜ਼ਾਮ ਸਾਰਾ ਇੱਥੇ ਹੈਗਾ। ਅਤੇ ਸ਼ਾਮ ਦੇ 6:30 ਅੱਜ ਰੋਟੀ ਅਸੀਂ ਤਾਂ ਖਾਣ ਲੱਗਿਆ ਵੀ ਸਵੇਰੇ ਆਪਾਂ ਸਾਜਰੇ ਜਾਣਾ, ਕੋਸ਼ਿਸ਼ 8-9 ਵੱਜਦੇ ਨੂੰ ਅੱਜ ਆਪਾਂ ਕਲੱਤ ਛੱਡ ਦਈਏ, ਸੌਂ ਜਾਈਏ ਟਾਈਮ ਦੇ ਨਾਲ, ਤਾਂ ਕਿ ਸਵੇਰੇ ਸਨੇਹਾ ਉੱਠ ਕੇ ਆਪਾਂ ਇਹ ਟਰੈਕ ਸ਼ੁਰੂ ਕਰੀਏ। ਹਜੇ ਤੱਕ ਕੋਈ ਕਦੇ ਵੀ ਆਪਾਂ ਇੰਨਾ ਸਾਧਰੇ ਸਫ਼ਰ ਨਹੀਂ ਕੀਤਾ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿੱਥੇ ਜਾਣਾ ਕਿਵੇਂ ਨਾ, ਇਹ ਨਵਾਂ ਮਾਹੌਲ ਆਪਣੇ ਲਈ ਹੈ ਨਾ। ਅਤੇ ਜਿਵੇਂ ਇਹ ਦੱਸ ਰਿਹਾ ਕਹਿੰਦੇ ਸੋਨ ਪ੍ਰਯਾਗ ਤੋਂ ਜਾ ਕੇ ਲੈਣ ਲੱਗ ਜਾਂਦੀ। ਹਾਂਜੀ ਕੱਪੜੇ ਬਾਹਰ ਪਏ ਨੇ, ਉੱਧਰ ਫੋਨ ਪਿਆ। ਉਹ ਹਾਂ ਹੱਥ ਭੁੱਲ ਗਿਆ ਸੀ ਜਾਈ, ਆਹ ਚਾਬੀ ਲੈ ਜਾ। ਚੱਲ ਠੀਕ ਹੈ ਠੀਕ ਹੈ ਠੀਕ ਹੈ, ਮੇਰੇ ਵੀ ਸੀ ਭੁੱਲ ਗਿਆ, ਅਸੀਂ ਕੱਪੜੇ ਪਾਏ ਹੋਏ ਸੀਗੇ ਸੁੱਕਣੇ ਬਾਹਰੇ, ਅਤੇ ਮੀਂਹ ਆ ਗਿਆ ਦਿਮਾਗ 'ਚ, ਆਈ ਨਹੀਂ ਅਸੀਂ ਬਾਹਰੇ ਆ ਗਏ ਵੀ ਕੱਪੜੇ ਬਾਹਰੇ ਪਾਏ ਹੋਏ ਸੀ, ਤੁਹਾਨੂੰ ਭਿੱਜ ਗਏ। ਚੱਲ ਕੋਈ ਨਾ ਸੁੱਕ ਜਾਣਗੇ। ਅਤੇ ਸਵੇਰੇ 4 ਵਜੇ ਟਰੈਕ ਸ਼ੁਰੂ ਕਰਨਾ ਆਪਾਂ ਸੋਨ ਪ੍ਰਯਾਗ ਤੋਂ, ਬਜ਼ੁਰਗ ਦੱਸ ਰਿਹਾ ਕਹਿੰਦੇ ਲਾਈਨ ਲੱਗ ਜਾਂਦੀ ਹੈ ਸਵੇਰੇ ਰਜਿਸਟ੍ਰੇਸ਼ਨ ਦੀ। ਰਜਿਸਟ੍ਰੇਸ਼ਨ ਆਪਾਂ ਕਰਵਾਈ ਨਹੀਂ ਕਿਉਂਕਿ ਔਨਲਾਈਨ ਰਜਿਸਟ੍ਰੇਸ਼ਨ ਯਾਰ ਹੋ ਨਹੀਂ ਸੀ ਰਹੀ। ਜਦੋਂ ਪਹਿਲਾਂ ਹੇਮਕੁੰਡ ਸਾਹਿਬ ਆਏ ਸੀ ਉੱਥੇ ਵੀ ਉਹਨਾਂ ਨੇ ਸਾਨੂੰ 2 ਧਾਮ ਦੀ ਦਿੱਤੀ ਸੀਗੀ ਵੀ ਹੇਮਕੁੰਡ ਸਾਹਿਬ ਜਾ ਸਕਦੇ ਹੋ ਰਜਿਸਟ੍ਰੇਸ਼ਨ ਨਾਲ ਅਤੇ ਬਦਰੀਨਾਥ, ਇੱਧਰਲੀ ਉਦੋਂ ਵੀ ਨਹੀਂ ਮਿਲੀ। ਇਹ ਤੋਂ ਬਾਅਦ ਮੈਂ ਔਨਲਾਈਨ ਟਰਾਈ ਕੀਤੀ, 15 ਦਿਨ ਦੀ ਬੁਕਿੰਗ ਦਿਖਾ ਰਿਹਾ ਸੀ ਐਡਵਾਂਸ 'ਚ ਵੀ 15 ਦਿਨ ਦੇ ਵਿੱਚ ਕੱਖ ਨਹੀਂ ਮਿਲਣਾ ਤੁਹਾਨੂੰ। ਅਤੇ ਹੁਣ ਉਹ ਬਾਈ ਅਰਗੇ ਦੱਸ ਰਿਹਾ ਕਹਿੰਦੇ ਉੱਥੇ ਆਉਣ ਦਾ ਸਪੋਰਟ ਮਿਲ ਜਾਂਦੀ ਹੈਗੀ, ਉਹ ਚੱਲ ਕੇ ਆਪਾਂ ਦੇਖਦੇ ਹਾਂ। ਅਤੇ ਬਹੁਤੇ ਆਪਾਂ ਨੂੰ ਮਿਲੇ ਵੀ ਸੀ ਰਾਹ ਦੇ ਵਿੱਚ ਜਿਹੜੇ ਕਹਿੰਦੇ ਸੀਗੇ ਹੈਲੀਕਾਪਟਰ ਆ ਰਿਹਾ ਪਹਾੜ ਦੇ ਉੱਪਰ ਦੀ, ਬੜਾ ਘੈਂਟ ਨਜ਼ਾਰਾ ਦਿਖਾ ਰਿਹਾ ਉਹ ਦੇਖੋ, ਉਹ ਸੀਗਾ ਅਤੇ ਉਹ ਹੁੰਦਾ ਗਾ। ਅਤੇ ਬਾਹਲੇ ਮਿਲੇ ਸੀ ਕਹਿੰਦੇ ਵੀ ਅਸੀਂ ਬਿਨਾਂ ਰਜਿਸਟ੍ਰੇਸ਼ਨ ਤੋਂ ਵੀ ਜਾ ਕੇ ਆਏ ਹਾਂ ਕੇਦਾਰਨਾਥ। ਹੁਣ ਉਹ ਅਸੀਂ ਸਵੇਰੇ ਦੇਖਦੇ ਹਾਂ ਚੱਲ ਕੇ ਕੀ ਮਾਹੌਲ ਬਹਿੰਦਾ ਹੈ ਨਾ। ਸੋਨ ਪ੍ਰਯਾਗ 'ਤੇ ਰਜਿਸਟ੍ਰੇਸ਼ਨ ਨੇ ਚੈੱਕ ਹੋਣਾ ਗਾ ਸਵੇਰੇ, ਕਹਿੰਦੇ 2 ਵਜੇ ਲਾਈਨ ਲੱਗ ਜਾਂਦੀ, ਆਪਾਂ 4 ਵਜੇ ਜਾਣਾ ਗਾ। ਜਾ ਕੇ ਦੇਖਦੇ ਹਾਂ ਕਿਵੇਂ ਹੈ ਨਾ, ਕਿੰਨਾ ਟਾਈਮ ਲੱਗਦਾ ਟਰੈਕ 'ਤੇ, ਆਪਾਂ ਨੂੰ ਬਹੁਤਾ ਟਾਈਮ ਨਹੀਂ ਲੱਗਣਾ, ਬਸ ਉੱਥੇ ਜਿਹੜੀ ਵੱਡੀ ਲਾਈਨ ਲੱਗੀ ਹੁੰਦੀ ਆ ਉਹਦੇ ਟਾਈਮ ਲੱਗਦਾ। ਮੀਂਹ ਬਹੁਤ ਤੇਜ਼ ਹੋ ਗਿਆ, ਖਾਸਾ ਆ ਗਿਆ। ਅਤੇ ਇੱਥੇ ਇਸ ਪੋਸਟ ਦੇ ਵਿੱਚ ਵੀ ਮੈਂ ਗੱਲ ਕਰ ਰਿਹਾ ਸੀ ਵੀ ਇੱਥੇ 2 ਚੀਜ਼ਾਂ ਦਾ ਕੁਛ ਨਹੀਂ ਪਤਾ ਲੱਗਦਾ, ਨੈੱਟਵਰਕ ਅਤੇ ਮੀਂਹ ਦਾ। ਆ ਗਿਆ ਫਿਰ ਇਹ। ਚਲੋ ਹੁਣ ਬਾਕੀ ਆਪਾਂ ਕੱਲ੍ਹ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ, ਦਿਖਾਵਾਂਗੇ ਜਾਣ ਦਾ ਕੀ ਪ੍ਰੋਸੈਸ ਹੈ। ਕੇਦਾਰਨਾਥ ਦਰਸ਼ਨ ਟਰੈਕ 20 ਕਿਲੋਮੀਟਰ ਦਾ, ਟੋਟਲ 40 ਕਿਲੋਮੀਟਰ ਆਪਣਾ ਇੱਕ ਦਿਨ ਦੇ ਵਿੱਚ ਆਉਣ ਜਾਣ ਦੀ ਕੱਲ੍ਹ ਦਾ ਟਾਸਕ ਲਿਆ ਆਪਾਂ, ਟੀਚਾ ਮਿਥਿਆ ਗਾ ਆਪਣਾ ਵੀ 40 ਕਿਲੋਮੀਟਰ ਆਉਣ ਜਾਣ ਇੱਕ ਦਿਨ ਦੇ ਵਿੱਚ ਕਰਾਂਗੇ, ਠੀਕ ਆ ਆਪਾਂ। ਅਤੇ ਸਾਰਾ ਪ੍ਰੋਸੈਸ ਦੱਸਾਂਗੇ ਕਿਵੇਂ ਜਾ ਸਕਦੇ ਹੋ, ਹੈਲੀਕਾਪਟਰ ਦਾ ਵੀ ਦੱਸਣਾ ਕੱਲ੍ਹ ਨੂੰ ਵੀ ਕਿਵੇਂ ਜਾਂਦਾ, ਕਿੱਥੋਂ ਬੁਕਿੰਗ ਹੁੰਦੀ ਹੈਗੀ, ਅਤੇ ਬਾਕੀ ਹੋਰ ਸਾਰਾ ਕੁਛ ਕੀ ਮਾਹੌਲ ਆ, ਕਿੰਨਾ ਕੁ ਮਹਿੰਗਾ ਹੈ ਨਾ, ਉੱਥੇ ਰਹਿਣ ਦਾ ਪ੍ਰੋਸੈਸ ਕੀ ਹੈ, ਕੇਦਾਰਨਾਥ ਦੇ ਦਰਸ਼ਨ, ਇਤਿਹਾਸ, ਸਾਰਾ ਕੁਛ ਕੱਲ੍ਹ ਦੀ ਵੀਡੀਓ ਦੇ ਵਿੱਚ ਆ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ, ਕੱਲ੍ਹ ਵਾਲੀ ਵੀਡੀਓ ਪੱਕਾ 3 ਵਜੇ ਦਾ ਕਹੇ ਅਲਾਰਮ ਲਾ ਕੇ ਬਹਿ ਜਾਓ, 3 ਵਜੇ ਮਿਸ ਨਹੀਂ ਕਰਨੀ ਤੁਸੀਂ ਕੱਲ੍ਹ ਦੀ ਵੀਡੀਓ। ਅਲਾਰਮ ਵਾਲੀ ਗੱਲ 'ਤੇ ਹੱਸਿਆ ਕਿਉਂ ਮਾਈ ਤੂੰ, ਸਹੀ ਨਹੀਂ ਗੱਲ। ਚਲੋ ਜੀ ਹੁਣ ਮੀਂਹ ਦਾ ਨਜ਼ਾਰਾ ਲੈ ਲਈਏ ਅਸੀਂ, ਆਹ ਦੇਖ ਲਓ ਤੁਸੀਂ ਵੀ ਚੱਕ ਲਓ ਆਖਰੀ ਨਜ਼ਾਰਾ ਇਸ ਮੀਂਹ ਦਾ। ਅਤੇ ਹੁਣ ਅਸੀਂ ਖਾ ਲਈਏ ਮਾੜਾ ਮੋਟਾ, ਪ੍ਰਸ਼ਾਦਾ ਪਾਣੀ ਸਾਡਾ ਤਿਆਰ ਹੋ ਗਿਆ ਭਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮਿਲਦੇ ਆਪਾਂ ਕੱਲ੍ਹ ਦੁਪਹਿਰੇ 3 ਵਜੇ।